ਅੱਧਾ ਕਿਲੋ ਸਵੇਰ ਮਿਹਨਤ ਕਰਦੇ ਜਦੋਂ ਬੰਦੇ ਅੱਧਾ ਕਿਲੋ ਦਹੀਂ ਅੱਧਾ ਕਿਲੋ ਦੁੱਧ ਵਿੱਚ ਮਿੱਠਾ ਪਾ ਕੇ ਹੱਲ ਕਰਕੇ ਤੇ ਟ੍ਰੇਨ ਤੋਂ ਆ ਕੇ ਉਹ ਪੀਣ। 18 ਕਿਲੋ ਦੀ ਭਾਜੀ 18 ਕਿਲੋ ਦੀ ਗਈ। ਇਹਦੇ ਨਾਲ ਜਿਸਮ ਦੀਆਂ ਕੱਸਾਂ ਕੁੱਸਾਂ ਵਧੀਆ ਬਣ ਜਾਂਦੀਆਂ ਨਾ, ਜੋਰ ਜਬ ਵਧੀਆ ਹੋ ਜਾਂਦਾ ਇਹਨਾਂ ਨਾਲੇ, ਖਾੜਾ ਕੂੜਾ ਗੱਡਿਆ ਜਾਂਦਾ ਨਾਲੇ, ਜੋਰ ਬਹੁਤ ਹੁੰਦਾ ਭਾਜੀ ਕਈ ਨਾ। ਇਹਦਾ ਟੱਪਾ ਹੀ 30-40 ਕਿਲੋ ਦਾ ਟੱਪਾ ਚੁੱਕਦੀ ਆ ਇਹ ਮਿੱਟੀ ਦਾ। ਖਾਨ ਸਾਹਿਬ ਜਤਾ ਸਾਰਾ ਡੇਰਾ ਮੇਨਾ ਕਮ ਦਾ ਮਤਲਬ ਦੱਸ ਵੀਡੀਓ 'ਚ ਕੀ ਆ? ਜਤਾ ਸਾਰਾ ਮੇਨਾ ਕਮ, ਮੈਂ ਤੇਰਾ ਬਹੁਤ ਮੁਹੱਬਤ ਕਰਦਾ। ਓਏ ਇਹ ਪਛਤੋ ਦਾ ਲਫ਼ਜ਼ ਆ ਭਾਜੀ। ਹਾਂਜੀ ਅਸਲਾਮ ਵਾਲੇਕੁਮ, ਮੈਂ ਤੁਹਾਡਾ ਆਪਣਾ ਸ਼ਕੀਲ ਸਿਮਰਾਨ ਸ਼ਾਨਾ ਸਿਆਲ ਅੱਜ ਫਿਰ ਜੁੜਿਆ ਜੀ ਤੁਹਾਡੇ ਨਾਲ। ਕੁਛ ਦਿਨ ਤੋਂ ਕੋਈ ਥੋੜ੍ਹੀਆਂ ਜਿਹੀਆਂ ਮਜਬੂਰੀਆਂ ਸੀ ਘਰੇਲੂ, ਇੱਕ ਦੋ ਮਸਲੇ ਬਣ ਗਏ ਸੀ ਜਿਹਦੇ ਵਜ੍ਹਾ ਤੋਂ ਭਰਾਵਾਂ ਨੂੰ ਨਹੀਂ ਮਿਲ ਸਕੇ। ਅਤੇ ਹੋਰ ਕਿੱਦਾਂ, ਸਾਰੇ ਠੀਕ ਠਾਕ ਭਰਾ ਮੇਰੇ? ਅੱਜ ਕਰਨ ਡੇ ਟ੍ਰੇਨਿੰਗ, ਕੁਸ਼ਤੀ ਕਸ਼ਤੀ ਕਰਨ ਡਏ ਹਾਂ ਸਾਰੇ ਭਰਾ। ਖਾਬਰ ਸਿਆਲ, ਲੱਕੀ ਜੱਟ, ਖਾਨ ਸਾਹਿਬ ਸਾਡੇ ਨਾਲ, ਮਾਨੀ ਗੱਦਾ ਬੋਰਡ ਤੋਂ, ਆਹ ਆਪਣਾ ਮੋਚੀ ਮਟਰ ਮੋਟਰ ਮੋਚੀ ਜਿਹੜਾ ਨਾ ਆਪਣਾ, ਆਹ ਝੀਲਾ ਉੱਧਰ, ਬਹਿਜ਼ਾਰ ਲੱਗਾ ਸਪਾਟੇ ਮਾਰਨ। ਸੋਚੀ ਬਹੁਤ ਪੈਂਦਾ ਇਹ ਭਾਜੀ, ਸਪਾਟੇ ਮਾਰਦਾ ਮਾਰਦਾ ਨਾ ਸੋਚੀ ਬਹੁਤ ਪੈ ਜਾਂਦਾ ਇਹ, ਪਤਾ ਨਹੀਂ ਇਹਨੂੰ ਕੀ ਗੱਲ ਆ। ਅਤੇ ਕਬੱਡੀ ਵਾਲਿਆਂ ਵਾਸਤੇ ਕੁਸ਼ਤੀ ਜ਼ਰੂਰੀ ਭਾਜੀ, ਆਹ ਅਖਾੜਾ ਜ਼ਰੂਰ ਕਰਨਾ ਚਾਹੀਦਾ ਕੁਸ਼ਤੀ ਵਾਲਿਆਂ ਨੂੰ, ਕਬੱਡੀ ਵਾਲੇ ਜਿਹੜੇ ਬੰਦੇ ਆਪਣੇ ਉਹਨਾਂ ਨੂੰ। ਬਾਕੀ ਸਾਡੇ ਪੇਜ ਨਾਲ ਜੁੜੇ ਰਹੋ, ਜਿੱਦਾਂ ਵੀ ਭਰਾਵਾਂ ਦੇ ਕਮੈਂਟ ਆਉਣਗੇ, ਜਿਹੜੀ ਜਿਹੜੀ ਗੱਲ ਪੁੱਛਣਗੇ, ਇਨਸ਼ਾਅੱਲਾ ਜਿੰਨਾ ਯੋਗਾ ਜਿੰਨਾ ਕੁ ਨੌਲੇਜ ਹੈਗਾ ਜ਼ਰੂਰ ਭਰਾਵਾਂ ਦੱਸਾਂਗੇ ਇਨਸ਼ਾਅੱਲਾ ਤਾਲਾ, ਅੱਲਾਹ ਪਾਕ ਖਿਆਲ ਕਰੋ। ਬਾਕੀ ਕਬੱਡੀ ਵਾਲੇ ਭਰਾ ਕੁਸ਼ਤੀ ਮਾੜੀ ਚੰਗੀ ਕਰਿਆ ਕਰੋ, ਬਹੁਤ ਸਟੈਮਿਨਾ ਬਣਦਾ ਉਹਨਾਂ, ਠੀਕ ਹੈ ਕਿ ਨਹੀਂ? ਇਹਦੇ ਵਿੱਚ ਜਾਫੀ ਨੂੰ ਲਗਾਈਆਂ ਪਤਾ ਲੱਗਦਾ, ਆ ਜਾਫੀ ਦੇ ਲਗਾਈਆਂ ਮਾਰਦੇ ਆ, ਉੱਤੋਂ ਫੜਦੇ ਆ ਥੱਲੋਂ ਫੜਦੇ ਆ, ਠੀਕ ਹੈ ਨਹੀਂ ਭਾਜੀ? ਇਹ ਕੰਮ ਵੱਧ ਉਹ ਖਬਰ ਨਾ ਕਰ, ਉਹ ਯਾਰ ਹਟਦਾ ਨਹੀਂ, ਤੂੰ ਹਟ ਜਾ ਹਾਂ, ਕਿਹੜੇ ਕੰਮ ਨੂੰ ਪਿਆ ਨਾ ਜ਼ੋਰ ਕਰ, ਹਜੇ ਮਾੜਾ ਮਾੜਾ ਬਸ ਕਰੀ ਆ ਤੂੰ, ਆਪਣੇ ਮਿੱਟੀ ਮੁੱਟੀ ਲਾ ਲਾ ਜਿਸ ਨੂੰ, ਜਿੰਨਾ ਕੁ ਭਾਜੀ ਆਪ ਸਾਨੂੰ ਪਤਾ ਵਾ ਨਾ, ਜਿੰਨਾ ਕੁ ਨਾਲਜ ਆ, ਜਿੰਨਾ ਕੁ ਸਾਦਾ ਨੇ ਦੱਸਿਆ ਹੋਇਆ ਸਾਡਿਆਂ ਨੇ, ਉਹਨਾਂ ਕੁ ਜ਼ਰੂਰ ਦੱਸਦੇ ਰਹਾਂਗੇ ਭਰਾਵਾਂ ਨੂੰ, ਠੀਕ ਆ ਜੀ? ਬਾਕੀ ਜਿੱਦਾਂ ਜਿੱਦਾਂ ਕਮੈਂਟ ਆਏ, ਜੋ ਜੋ ਗੱਲਾਂ ਬਾਤਾਂ ਭਰਾਵਾਂ ਨੇ ਪੁੱਛਣੀਆਂ ਹੋਈਆਂ, ਅਤੇ ਉਹ ਜ਼ਰੂਰ ਦੱਸਾਂਗੇ ਭਰਾਵਾਂ ਆਪਣੇ ਨੂੰ, ਇਨਸ਼ਾਅੱਲਾ ਅੱਲਾ ਪਾਕ ਖੈਰ ਕਰੇ। ਅਤੇ ਬਾਕੀ ਵੱਧ ਤੋਂ ਵੱਧ ਸਪੋਰਟ ਕਰਿਓ ਭਾਅ ਜੀ, ਥੈਂਕ ਯੂ। ਅੱਛਾ ਜੀ, ਅਖਾੜਾ ਬਣਾਇਆ ਉਸਤਾਦ ਜੀ ਤੁਸੀਂ? ਹਾਂਜੀ। ਕਈ ਵਾਰ ਰੱਖੀ ਤਾਂ ਭਲਵਾਨ ਰੱਖ ਦਿੰਦੇ ਆ, ਕਿੰਨੇ ਕਿਲੋ ਦੀ ਉਸਤਾਦ ਜੀ? 18 ਕਿਲੋ ਦੀ ਭਾਅ ਜੀ। 18 ਕਿਲੋ ਦੀ ਗਈ। ਇਹਦੇ ਨਾਲ ਜਿਸਮ ਦੀਆਂ ਕੱਸਾਂ ਕੁੱਸਾਂ ਵਧੀਆ ਬਣ ਜਾਂਦੀਆਂ ਨਾ, ਜ਼ੋਰ ਜਬ ਵਧੀਆ ਹੋ ਜਾਂਦਾ ਇਹਨਾਂ ਨਾਲੇ, ਖਾੜਾ ਕੂੜਾ ਗੱਡਿਆ ਜਾਂਦਾ ਨਾਲੇ, ਜ਼ੋਰ ਬਹੁਤ ਹੁੰਦਾ ਭਾਅ ਜੀ ਕਈ ਨਾ। ਇਹਦਾ ਟੱਪਾ ਹੀ 30-40 ਕਿਲੋ ਦਾ ਟੱਪਾ ਚੁੱਕਦੀ ਆ ਇਹ ਮਿੱਟੀ ਦਾ। ਅੱਛਾ ਅੱਛਾ, ਹੋਰ ਤੇ ਆਪਣੇ ਨਾ ਤੁਹਾਡੇ ਫੈਨ ਜਿਹੜੇ ਨਾ, ਇੱਕ ਸਵਾਲ ਆਪਾਂ ਹਰ ਵੀਡੀਓ 'ਚ ਉਹਦਾ ਨਾ ਜਵਾਬ ਦਿਆ ਕਰਨਾ ਭਾਅ ਜੀ, ਉਹ ਸਵਾਲ ਇੱਕ ਬੜਾ ਪੁੱਛਦੇ ਸੀਗੇ ਜ਼ਿਆਦਾ ਜਿਹੜੇ ਨਾ ਕਮੈਂਟ ਆਏ ਆ, ਉਹ ਹੈ ਵੇਟ ਕਿੱਦਾਂ ਵਧਾਉਣਾ ਵਾ, ਨੈਚੁਰਲ ਤਰੀਕੇ ਨਾਲ ਦੱਸ ਦਿਓ ਜਾਂ ਵੈਸੇ ਦੱਸ ਦਿਓ, ਜਿੱਦਾਂ ਵੀ ਤੁਹਾਨੂੰ ਬਿਹਤਰ ਲੱਗਦਾ ਉੱਦਾਂ ਦੱਸੋ, ਇਹ ਸਾਰਿਆਂ ਤੋਂ ਬਹੁਤਾ ਪੁੱਛਿਆ ਗਿਆ ਸਵਾਲ। ਵੇਟ ਭਾਅ ਜੀ ਵਧਾਉਣਾ ਨਾ, ਜਿਹੜੇ ਨਵੇਂ ਮੁੰਡੇ ਨਾ ਨਵੇਂ ਖੇਡਦੇ ਆ, ਪਹਿਲੀ ਗੱਲ ਤਾਂ ਉਹ ਚੰਗੇ ਹੋਣ ਪਹਿਲਾਂ, ਗੇਮ ਚੰਗੀ ਕਰਨ ਭਾਅ ਜੀ, ਹੈ ਨਾ? ਜਿਹੜੇ ਬੰਦੇ ਸ਼ੁਰੂ 'ਚ ਹੀ ਕੋਈ ਪ੍ਰੋਟੀਨ ਡੱਬੇ ਡੁੱਬੇ ਖਾਣ ਲੱਗ ਪੈਂਦੇ, ਹੈ ਨਾ, ਜਾਂ ਆਪਣੇ ਕੋਈ ਪ੍ਰੋਟੀਨ ਨਾਲ ਲਾ ਲਾ, ਜਾਂ ਕੋਈ ਸਟੀਰਾਇਡ ਮੁੰਡੇ ਲਾਉਣ ਲੱਗ ਪੈਂਦੇ, ਹੁਣ ਜਿੰਮਾਂ 'ਚ ਜੇ ਕੰਮ ਚੱਲਿਆ, ਕੋਈ ਕੋਚ ਵੀ ਇੱਦਾਂ ਦੱਸਦੇ ਵੀ ਲਾ ਲਓ ਸਮਾਨ ਤਕੜੇ ਹੋ ਜਾਓਗੇ, ਪਰ ਉਹ ਅਸਲ 'ਚ ਬੰਦੇ ਨੂੰ ਨਾ ਛੋਟੀ ਉਮਰੇ ਲਾਉਣਾ ਚਾਹੀਦਾ, ਠੀਕ ਆ? ਸਟੀਰਾਇਡ ਕਿਤੇ ਕੋਈ ਇੰਜਰੀ ਇੱਦਾਂ ਦੀ ਹੋ ਜਾਂਦੀ ਜਿਹੜੀ ਕਵਰ ਨਹੀਂ ਹੋਣ ਡਈ, ਉਹਦੇ ਵਿੱਚ ਚਲੋ ਮਜਬੂਰੀ ਬਣ ਜਾਂਦੀ ਹੈ, ਡਾਕਟਰ ਦੀ ਮਜਬੂਰੀ ਬਣ ਜਾਂਦੀ ਹੈ, ਲਾਉਣਾ ਬਣ ਜਾਂਦਾ, ਉਹ ਨਹੀਂ ਠੀਕ ਹੋਣ ਡਈ, ਫਿਰ ਉਹ ਸਟੀਰਾਇਡ ਨਾਲ ਚਲੋ ਠੀਕ ਹੋ ਜਾਂਦੀ ਆ। ਅਤੇ ਜਿਹੜੇ ਨਵੇਂ ਮੁੰਡੇ ਆ ਨਾ, ਉਹਨਾਂ ਨੂੰ ਕੰਮ ਸੋ ਕੰਮ ਕੋਈ 5 ਸਾਲ ਕਬੱਡੀ ਵੈਸੇ ਖੇਡਣੀ ਚਾਹੀਦੀ ਹੈ, ਜਦੋਂ ਦੇਖਦੇ ਅੱਗੇ ਘਾਟ ਵੱਧ ਹੋਣ ਡਈ ਆ ਸਰੀਰ ਦੇ ਵਿੱਚ, ਵੀ ਸਰੀਰ ਹੁਣ ਨਹੀਂ ਚੱਲਣ ਡਿਆ, ਫਿਰ ਲਾਉਣਾ ਚਾਹੀਦਾ, ਲਾਉਂਦੇ ਆ ਸਾਰੇ ਯਾਰ। ਅਤੇ ਨੈਚੁਰਲ ਖੁਰਾਕ ਦੇ ਬਾਰੇ ਦੱਸੋ ਨਾ, ਜਿਹੜੇ ਸ਼ੁਰੂਆਤੀ ਆ ਉਹਨਾਂ ਨੂੰ ਕਿੱਦਾਂ, ਕਿਹੜੀ ਖੁਰਾਕ ਆ ਜਿਹੜੀ ਭਾਜੀ, ਠੀਕ ਆ? ਹੁਣ ਕਈ ਬੰਦੇ ਅਫੋਰਡ ਕਰ ਸਕਦੇ, ਕਈ ਨਹੀਂ ਕਰ ਸਕਦੇ, ਮੈਂ ਵਾਰ ਵਾਰ ਬਹੁਤ ਵੀਡੀਓ 'ਚ ਇਹ ਗੱਲ ਕਹਿ ਚੁੱਕਿਆ ਕਿ ਯਾਰ ਕਈ ਬੰਦੇ ਖੁਰਾਕ ਖਾ ਸਕਦੇ ਆ, ਕਈਆਂ ਦੀ ਪਤਲੀ ਭਾਰ ਝੱਕਦੀ ਆ, ਕਈਆਂ ਦੀ ਨਹੀਂ ਝੱਕਦੀ, ਹੈ ਕਿ ਨਹੀਂ? ਬਿਲ ਜਿਹਨਾਂ ਦੀ ਚੱਕਦੀ ਆ ਭਾਈ, ਉਹ ਭਾਵੇਂ ਬਦਾਮ ਪੀਣ ਦੇ, ਭਾਵੇਂ ਕਾਜੂ ਬਦਾਮ ਖਾਣ, ਜੋ ਮਰਜ਼ੀ ਖਾਣ, ਉਹ ਤਾਂ ਕਰ ਸਕਦੇ ਆ। ਜਿਹੜੇ ਨਹੀਂ ਤਾਂ ਉਹ ਅੱਧਾ ਕਿਲੋ ਸੁਬਹਾ ਮਿਹਨਤ ਕਰਦੇ, ਜਦੋਂ ਬੰਦੇ ਅੱਧਾ ਕਿਲੋ ਦਹੀਂ ਅੱਧਾ ਕਿਲੋ ਦੁੱਧ ਵਿੱਚ ਮਿੱਠਾ ਪਾ ਕੇ ਹੱਲ ਕਰਕੇ ਤੇ ਟ੍ਰੇਨ ਤੋਂ ਆ ਕੇ ਉਹ ਪੀਣ, ਅਧਰੇੜਕਾ ਬਣਾ ਕੇ, ਅਧਰੇੜਕਾ ਬਣਾ ਕੇ ਪੀਣ, ਉਹਦੇ ਨਾਲ ਵਜਨ ਵੱਧਦਾ, ਬਣ ਐਨਰਜੀ ਬਹਾਲ ਹੁੰਦੀ ਉਹਦੇ ਨਾਲ ਬਹੁਤ, ਠੀਕ ਆ ਕਿ ਨਹੀਂ? ਬਾਕੀ ਯਾਰ ਭਾਈ ਜਿਹੜੇ ਤਗੜੇ ਆ ਤਾਂ ਕੁਛ ਵੀ ਖਾ ਸਕਦੇ ਆ, ਖੁਰਾਕ ਜਿੰਨੀ ਵੀ ਖਾਣੀ ਨਾ, ਜਿਸ ਬੰਦੇ ਨੇ ਵਜਨ ਵਧਾਉਣਾ ਆ, ਖੁਰਾਕ ਭਾਵੇਂ ਥੋੜ੍ਹੀ ਖਾਵੇ ਭਾਵੇਂ ਬਹੁਤੀ ਖਾਵੇ, ਪਰ ਖਾਵੇ ਰੂਟੀਨ ਨਾਲ, ਸਮਝ ਆਈ ਗੱਲ ਕਿ ਨਹੀਂ? ਜਿਹੜਾ ਬੰਦਾ ਰੂਟੀਨ ਨਾਲ ਕੰਮ ਕਰਦਾ ਨਾ ਕੋਈ ਵੀ, ਉਹ ਵੱਧਦਾ ਭਾਅ ਜੀ, ਉਹਦੀ ਇੰਪਰੂਵਮੈਂਟ ਹੁੰਦੀ ਆ। ਜਿਹੜਾ ਬੰਦਾ
हाँ भी ठीक आ कई दस आई रोटी खा ली जा ग्राउंड जाके बैठे रहे बाहर जाके है ना यार बेलियां नाल रोटी लेट खानी घरे लेट जाना सौना लेट उठना लेट वो बंदे का वजन की बदना ओदा नहीं बस सकता रूटीन होनी चाहिए हर चीज़ की। साले क्या भारा वा हूं न्याणे कुटिए नहीं बनता भी कट शुगर लगे आप ही पाई है स्पीटर गड्डी आ उस्ताद ਲੋਈ ਨਿਸ਼ਾਨੇ ਬਾਈ ਹੋਣ ਲੱਗੀ ਹੈ ਸਤਾਜੀ ਦੱਸੋ ਕਿੱਥੇ ਰੱਖਣੀ ਹੈਟ ਵਟਿਆਂ ਦੀ ਆ ਜਿਹਦੀ ਵੀ ਆ ਸਾਨੂੰ ਕੀ ਲੱਗੇ ਵਟਿਆਂ ਦੀ ਵਿੱਚ ਰੱਖੋ ਹਿੱਟ ਰੱਖ ਲਓ ਜੀ पहली बारी शकील समरान और शाना सियाल स्ताद उड़ी दूर रख दूर नहीं बहुत आ ਖਾਵਰ ਸਿਆਲ ਦੂਜੀ ਵਾਰੀ ਖਾਵਰ ਸਿਆਲ ਦੀ ਅਗਲੀ ਵਾਰੀ ਜੀ ਪਲੇਅਰ ਦਾ ਨਾਮ ਦੱਸੋ ਜੀ ਲੱਕੀ ਜੱਟ ਹੈ ਜੀ ਦੇ ਗੋਲੀਆਂ ਦੇ ਵਿੱਚ ਲੱਗਦਾ ਲੱਗ ਗਿਆ ਪਰ ਪਾਵਰ ਹੈ ਨਹੀਂ ਸੀ ਨਿਸ਼ਾਨੇ ਇਹ ਢਿੱਡ ਗਈ ਨਹੀਂ ਪਾਵਰ ਹੈ ਨਹੀਂ ਸੀ ਨਿਸ਼ਾਨੇ ਉਹ ਹੱਥ ਪੁੱਛਿਆ ਹੀ ਦੀ ਮਾਨੀ ਚਲੋ ਮਿਸ ਜੇ ਸਿਰ ਤੇ ਆ ਲੋਜ ਭਾਈ ਆ ਬੈਠੇ ਮਟਰ ਮੋਚੀ ਤੂੰ ਆ ਜਾ ਮਟਰ ਮੋਚੀ ਯਾਰ ਆ ਜਾ ਓਏ ਆ ਬਟਾ ਭਾਗਾ ਨਾ ਲੱਗਦਾ ਮੈਨੂੰ ਉਹ ਨਹੀਂ कुत्ते खानी शुरू कर दो हुण मेरी ताजी चलो शीले निशाने
चपेट मारी दूए दे नहीं नहीं मारी ओने छुरली दे मारी सी होर आ वो भी इन्होंने क्लब का पक्का मैं सारे इंटरव्यू सुने दो मतलब दस वीडियो बहुत मोहब्बत कर मेनू तेना बहुत मोहब्बत करता जी ओनू सही पंजाबी भी नहीं आउंदी पश्तो दी समझ नहीं आई मैं शगिर्द भी अपने सागर पठान दा ना पश्तो उत्थे बड़ी सिखदा रहा सिर्फ आही लफ्ज सिखिया उस इंशाल्लाह बाकी आ लेट आने दी पेई ते सॉरी।